ਸਤਿ ਸ੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਹੱਲ ਕਰਾਂਗੇ ਜੋ ਅੱਜ 12ਵੀਂ ਜਮਾਤ ਦਾ ਇਤਿਹਾਸ ਯਾਨੀ ਕਿ ਹਿਸਟਰੀ ਵਿਸ਼ੇ ਦਾ ਜੋ ਪੇਪਰ ਹੋਇਆ ਹੈ ਉਸ ਦੇ ਛੋਟੇ ਪ੍ਰਸ਼ਨਾਂ ਦਾ ਹੱਲ ਤਾਂ ਮੇਰੇ ਕੋਲ ਜੋ ਪੇਪਰ ਹੈ ਉਹ ਕੋਡ A ਹੈ ਆਓ ਸ਼ੁਰੂ ਕਰਦੇ ਹਾਂ ਭਾਗ ੳ ਪਹਿਲਾ ਬਹੁ ਵਿਕਲਪੀ ਪ੍ਰਸ਼ਨ ਸਭ ਤੋਂ ਪਹਿਲਾ ਪ੍ਰਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਸੰਬੰਧੀ ਕਿਹੜਾ ਕਥਨ ਸਹੀ ਹੈ ਤਾਂ ਇਸ ਦਾ ਸਹੀ ਉੱਤਰ ਹੈ ਆਪਸ਼ਨ ਆੜਾ ਰਣਜੀਤ ਸਿੰਘ ਦੇ ਦਰਬਾਰ ਨੂੰ ਦਰਬਾਰੇ ਖਾਲਸਾ ਕਿਹਾ ਜਾਂਦਾ ਸੀ। ਦੂਜਾ ਪ੍ਰਸ਼ਨ ਜਕਰੀਆ ਖਾਨ ਦੇ ਸਮੇਂ ਹੋਈਆਂ ਸ਼ਹੀਦੀਆਂ ਦਾ ਸਹੀ ਕਾਲਕਰਮ ਦੱਸੋ। ਤਾਂ ਇਸ ਦਾ ਸਹੀ ਜਿਹੜਾ ਉੱਤਰ ਹੈ ਉਹ ਆਪਸ਼ਨ ਸ ਹੈ। ਸਭ ਤੋਂ ਪਹਿਲਾਂ ਤਾਰਾ ਸਿੰਘ ਬਾ ਜੋ ਕਿ 1726 ਦੇ ਵਿੱਚ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ 1734 ਦੇ ਵਿੱਚ ਉਸ ਤੋਂ ਬਾਅਦ ਬਾਲ ਹਕੀਕਤ ਰਾਏ ਜਿਹੜੇ ਕਿ 1738 ਦੇ ਵਿੱਚ ਤੇ ਭਾਈ ਤਾਰੂ ਸਿੰਘ ਜੀ 1745 ਦੇ ਵਿੱਚ ਤੀਜਾ ਪ੍ਰਸ਼ਨ ਨਕਸ਼ੇ ਦੇ ਵਿੱਚੋਂ ਜੈਡ ਦੁਆਬ ਕਿਹੜਾ ਹੈ ਯਾਨੀ ਕਿ ਕਿਹੜੇ ਦੁਆਬ ਨੂੰ ਦਰਸਾਉਂਦਾ ਹੈ ਜੈਡ ਤਾਂ ਇਸ ਦਾ ਸਹੀ ਉੱਤਰ ਹੈ ਏਡੀ ਆਪਸ਼ਨ ਰਚਨਾ ਦੁਆਬ ਅਗਲਾ ਪ੍ਰਸ਼ਨ ਆਪ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਲੰਗਰ ਦੀ ਸੰਸਥਾ ਦੇ ਵਿਕਾਸ ਵਿੱਚ ਆਪ ਜੀ ਨੇ ਵਿਸ਼ੇਸ਼ ਯੋਗਦਾਨ ਦਿੱਤਾ ਤਾਂ ਸਹੀ ਆਪਸ਼ਨ ਹੈ ਸਾ ਮਾਤਾ ਖੀਵੀ ਜੀ ਅਗਲਾ ਪ੍ਰਸ਼ਨ ਕਿਹੜਾ ਮਿਲਾਨ ਗਲਤ ਹੈ ਤਾਂ ਸਹੀ ਆਪਸ਼ਨ ਹੈ ਸ ਅਵਰਤਨਾਮਾ ਸੁਜਾਨ ਰਾਏ ਭੰਡਾਰੀ ਅਸਲ ਦੇ ਵਿੱਚ ਸੁਜਾਨ ਰਾਏ ਭੰਡਾਰੀ ਦੀ ਜਿਹੜੀ ਰਚਨਾ ਹੈ ਉਹ ਖਲਾਸਤ ਉਤਤਾਰੀਖ ਹੈ ਅਗਲਾ ਪ੍ਰਸ਼ਨ ਦੂਜੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਦਾ ਸਹੀ ਕਾਲਕਰਮ ਦੱਸੋ ਤਾਂ ਇਹੜਾ ਆਪਸ਼ਨ ਸਹੀ ਹੈ ਸਭ ਤੋਂ ਪਹਿਲਾਂ ਆਰਾਮਨਗਰ ਫਿਰ ਚਿੱਲਿਆਂਵਾਲੀ ਫਿਰ ਮੁਲਤਾਨ ਫਿਰ ਗੁਜਰਾਤ ਅਗਲਾ ਪ੍ਰਸ਼ਨ ਮੁਗਲ ਕਾਲ ਵਿੱਚ ਦਾਮ ਨਾਮੀ ਸਿੱਕਾ ਕਿਸ ਧਾਤੂ ਦਾ ਬਣਿਆ ਸੀ ਤਾਂ ਅੜਾ ਆਪਸ਼ਨ ਸਹੀ ਹੈ ਤਾਂਬੇ ਦਾ ਅਗਲਾ ਪ੍ਰਸ਼ਨ ਕਿਹੜਾ ਕਥਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ ਨਾਲ ਸੰਬੰਧਿਤ ਨਹੀਂ ਹੈ ਤਾਂ ਇਸ ਦਾ ਅੜਾ ਆਪਸ਼ਨ ਸਹੀ ਹੈ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਇਹ 1745 ਦੇ ਵਿੱਚ ਸ਼ਹੀਦ ਹੁੰਦੇ ਨੇ ਅਗਲਾ ਪ੍ਰਸ਼ਨ ਧਿਆਨ ਨਾਲ ਪੜੋ ਤੇ ਉੱਤਰ ਦਿਓ ਯਾਨੀ ਕਿ ਕਿਹੜੀ ਮਿਸਲ ਦਾ ਕਿਹੜਾ ਨੇਤਾ ਜਾਂ ਪ੍ਰਸਿੱਧ ਸਰਦਾਰ ਹੈ ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈ ਜਾਨਕਿ ਭੰਗੀ ਮਿਸਲ ਜੇ ਅਸੀਂ ਦੇਖੀ ਤਾਂ ਇੱਕ ਨੰਬਰ ਨਾਲ ਸਭ ਤੋਂ ਪਹਿਲਾਂ ਜਿਹੜਾ ਸਹੀ ਮੇਲ ਖਾਂਦਾ ਹੈ ਉਹ ਦੂਸਰੇ ਨੰਬਰ ਤੇ ਪ੍ਰਸਿੱਧ ਸਰਦਾਰ ਹਰੀ ਸਿੰਘ ਹੈ ਤਾਂ ਇਹਨਾਂ ਦੇ ਵਿੱਚੋਂ ਆੜਾ ਆਪਸ਼ਨ ਸਹੀ ਹੈ ਤੇ ਅਗਲਾ ਪ੍ਰਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰੱਖਿਆ ਲਈ ਅਮ੍ਰਿਤਸਰ ਨਗਰ ਦੇ ਆਲੇ-ਦੁਆਲੇ ਇੱਕ ਦੀਵਾਰ ਬਣਵਾ ਦਿੱਤੀ ਇੱਥੇ ਹੀ ਇੱਕ ਕਿਲੇ ਦੀ ਉਸਾਰੀ ਕਰਵਾਈ ਗਈ ਕਿਲੇ ਦਾ ਨਾਮ ਰੱਖਿਆ ਗਿਆ ਅੜਾ অপਸ਼ਨ ਸਹੀ ਹੈ ਲੋਗੜ ਅਗਲਾ ਪ੍ਰਸ਼ਨ ਵਫਾ ਬੀਗਮ ਕੌਣ ਸੀ ਇਹ ਅਫਗਾਨਿਸਤਾਨ ਦੇ ਬਾਦਸ਼ਾਹ ਸ਼ਾ ਸੁজা ਦੀ ਪਤਨੀ ਸੀ ਅਗਲਾ ਪ੍ਰਸ਼ਨ ਰਣਜੀਤ ਸਿੰਘ ਦੇ ਕਾਲ ਵਿੱਚ ਮੋਜਾ ਕਿਸ ਨੂੰ ਕਹਿੰਦੇ ਸੀ ਤਾਂ ਇਸ ਦਾ ਸਹੀ ਉੱਤਰ ਹੈ ਪਿੰਡ ਪਿੰਡ ਨੂੰ ਉਸ ਸਮੇਂ ਮੋਜਾ ਕਿਹਾ ਜਾਂਦਾ ਸੀ ਖਾਲਸਾ ਦਰਬਾਰ ਰਿਕਾਰਡ ਹੈ ਜਿਹੜੇ ਉਹ ਕਿਸ ਭਾਸ਼ਾ ਦੇ ਵਿੱਚ ਨੇ ਤਾਂ ਇਹ ਫਾਰਸੀ ਅਗਲਾ ਪ੍ਰਸ਼ਨ 16ਵੀਂ ਸਦੀ ਦੇ ਆਰੰਭ ਦੇ ਵਿੱਚ ਹਿੰਦੂਆਂ ਦੇ ਪ੍ਰਸਿੱਧ ਤਿਹਾਰ ਕਿਹੜੇ ਸਨ ਇਸ ਦਾ ਸਹੀ ਉੱਤਰ ਹੈ ਦੀਵਾਲੀ ਦੁਸ਼ਹਿਰਾ ਇਸ ਤਰ੍ਹਾਂ ਦੇ ਜੋ ਤਿਹਾਰ ਨੇ ਅਗਲਾ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਲੈਣਾ ਜੀ ਦੇ ਵਿੱਚ ਜਿਹੜੀ ਪਹਿਲੀ ਮੁਲਾਕਾਤ ਉਹ ਕਿੱਥੇ ਹੋਈ ਤਾਂ ਇਸ ਦਾ ਸਹੀ ਉੱਤਰ ਹੈ ਕਰਤਾਰਪੁਰ ਅਗਲਾ ਪ੍ਰਸ਼ਨ ਲਾਵਾ ਦੀ ਰਚਨਾ ਕਿਸ ਨੇ ਕੀਤੀ ਜਾਂ ਕਿਹੜੇ ਗੁਰੂ ਨੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਮੰਦਰ ਸਾਹਿਬ ਦੀ ਨਹੀਂ ਕਿਸ ਨੇ ਰੱਖੀ ਤਾਂ ਹਰਮੰਦਰ ਸਾਹਿਬ ਦੀ ਨਹੀਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਖੀ ਅਸਲ ਦੇ ਵਿੱਚ ਇਹ ਨਹੀਂ ਰਖਵਾਈ ਗਈ ਸੀ ਸਾਈ ਮੀਆਂ ਮੀਰ ਜੀ ਤੋਂ ਤਾਂ ਅਗਲਾ ਪ੍ਰਸ਼ਨ ਧੀਰਮਲ ਕਿਸ ਦਾ ਪੁੱਤਰ ਸੀ ਇਸ ਦਾ ਸਹੀ ਉੱਤਰ ਹੈ ਬਾਬਾ ਗੁਰਦੇਤਾ ਜੀ ਮੱッセ ਰੰਗੜ ਨੂੰ ਉਸ ਦੇ ਬੁਰੇ ਕੰਮਾਂ ਦੀ ਸਜ਼ਾ ਕਿਸ ਨੇ ਦਿੱਤੀ ਇਸ ਦਾ ਸਹੀ ਉੱਤਰ ਹੈ ਭਾਈ ਮਹਤਾਬ ਸਿੰਘ ਅਗਲਾ ਪ੍ਰਸ਼ਨ ਮੁਗਲ ਕਾਲ ਇਹਨਾਂ ਪੰਜਾਬ ਵਿੱਚ ਮਲਤਾਨ ਕਿਸ ਉਦਯੋਗ ਲਈ ਪ੍ਰਸਿੱਧ ਸੀ ਤਾਂ ਇਸ ਦਾ ਸਹੀ ਉੱਤਰ ਹੈ ਕੱਪੜੇ ਦੇ ਉਦਯੋਗ ਦੇ ਲਈ ਅਗਲੇ ਇਹ ਵੱਡੇ ਪ੍ਰਸ਼ਨ ਨੇ ਇਹਨਾਂ ਨੂੰ ਹੱਲ ਕਰਦਿਆਂ ਕਾਫੀ ਸਮਾਂ ਲੱਗ ਸਕਦਾ ਹੈ ਫਿਰ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਕਮੈਂਟ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਤੇ ਜਾਣ ਸਕਣ ਕਿ ਉਹਨਾਂ ਦੇ ਕਿੰਨੇ ਕੁ ਨੰਬਰ ਹੈ ਜਿਹੜੇ ਉਹ ਪੇਪਰ ਦੇ ਵਿੱਚੋਂ ਆ ਸਕਦੇ ਨੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ